ਅਸਲਾਮ ਵਾਲੇਕੁਮ ਮੰਮੀ। ਕਿੰਨੇ ਦਿਨ ਹੋਏ ਪੁੱਤ, ਤੂੰ ਫੋਨ ਹੀ ਨਹੀਂ ਕੀਤਾ। ਹਾਂਜੀ ਮੰਮੀ, ਉਹ ਰਿਸ਼ਤੇ ਦੀ ਗੱਲ ਨਹੀਂ ਬਣੀ। ਕਿਉਂ ਨਹੀਂ ਬਣੀ ਪੁੱਤ, ਕੀ ਹੋਇਆ? ਇੰਨਾ ਸੋਹਣਾ ਤੇ ਮੇਰਾ ਮੁੰਡਾ ਸੀਗਾ, ਉਹਨਾਂ ਦੇ ਪਸੰਦ ਨਹੀਂ ਆਇਆ ਹੈਗਾ। ਚੱਲ ਛੱਡ ਪਰੇ, ਦਫਾ ਕਰ, ਕਿਤੇ ਕੁੜੀਆਂ ਦਾ ਕਿਹੜਾ ਘਾਟਾ ਪਿਆ ਆ, ਹੋਰ ਕਿਤੇ ਕੁੜੀ ਦੇਖ ਲਵਾਂਗੇ। ਤੂੰ ਨਾ ਦਿਲ ਥੋੜਾ ਕਰੀ, ਮੈਂ ਆ ਰਹੀ ਹਾਂ, ਤੂੰ ਫਿਕਰ ਨਾ ਕਰ, ਹੋਰ ਰਿਸ਼ਤੇ ਦੇਖਦੇ ਆ ਤੇਰੇ ਵਾਸਤੇ। ਠੀਕ ਹੈ ਮੰਮੀ, ਅੱਲਾ ਹਾਫਿਜ਼। ਕਿੱਦਾਂ ਕਾਕਾ, ਮਾਂ ਘਰ ਹੈ ਤੇਰੀ? ਤੂੰ ਕੌਣ ਆ? ਅਸੀਂ ਨਾ ਕੁੜੀ ਵਾਸਤੇ ਆਏ ਆ। ਮੰਮੀ ਮੈਂ ਠੀਕ ਲੱਗ ਰਿਹਾ? ਬਹੁਤ ਸੋਹਣਾ ਲੱਗਣ ਡਿਆ ਤੂੰ। ਆ ਕੀ ਫੜਾਤਾ, ਉਹ ਕੂੜਾ ਨਹੀਂ, ਕੁੜੀ ਵਾਸਤੇ ਆਏ ਆ ਅਸੀਂ। ਮੰਮੀ ਇਹ ਕਿੱਦਾਂ ਦੇ ਲੋਕ ਆ? ਕੋਈ ਨੀ, ਬੱਚਾ ਹੀ ਆ, ਕੋਈ ਨੀ। ਤੁਸੀਂ ਮੇਰੀ ਬੇਟੀ ਰੁਖਸਾਨਾ ਦਾ ਰਿਸ਼ਤਾ ਦੇਖਣਾ ਹੈ, ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ। ਬੇਟਾ ਜਾ ਕੇ ਰੁਖਸਾਨਾ ਨੂੰ ਕਹਿ ਚਾਹ ਲੈ ਕੇ ਆਵੇ ਮਹਿਮਾਨਾਂ ਵਾਸਤੇ। ਆਹ ਰੁਖਸਾਨਾ ਮੇਰੀ ਬੇਟੀ ਹੈ। ਮਾਸ਼ਾਅੱਲਾ ਤੁਹਾਡੀ ਕੁੜੀ ਬਹੁਤ ਸੋਹਣੀ ਹੈ। ਮੰਮੀ ਮੈਨੂੰ ਨਹੀਂ ਕੁੜੀ ਪਸੰਦ। ਕਿਉਂ ਨਹੀਂ ਪਸੰਦ ਤੈਨੂੰ? ਮੈਨੂੰ ਕਤਰੀਨਾ ਕੈਫ ਵਰਗੀ ਚਾਹੀਦੀ ਹੈ। ਤੈਨੂੰ ਨਖਰੇ ਦੇ ਕੀੜੇ ਕੱਢਣ ਦੀ ਆਦਤ ਹੈ ਬਹੁਤ। See situations like this, they can be totally avoided. If you go into personalmatchuk.co.uk, and maybe you can find the partner of your dreams. Koi biscuit leke aave. Aa meri dusri beti hai Nasreen, e padhdi hai.
ਤੂੰ ਕਿੱਥੇ ਗਵਾਚਿਆ ਆ? ਅਮੀ ਮੈਨੂੰ ਇਹ ਕੁੜੀ ਪਸੰਦ ਆ। ਆ ਤੈਨੂੰ ਕੁੜੀ ਪਸੰਦ ਆ? ਗੱਲ ਕਰੋ ਨਾ ਤੁਸੀਂ। ਅੱਛਾ ਵੀ ਸਾਡੇ ਮੁੰਡੇ ਨੂੰ ਨਾ ਨਸਰੀਨ ਕੁੜੀ ਪਸੰਦ ਆ। ਮੈਨੂੰ ਤਾਂ ਕੋਈ ਇਤਰਾਜ਼ ਨਹੀਂ, ਪਰ ਨਸਰੀਨ ਦੇ ਵੱਡੇ ਭਾਈ ਨੂੰ ਪੁੱਛਣਾ ਪੈਣਾ। ਮੈਂ ਹੁਣੇ ਫੋਨ ਕਰ ਦਿੰਦੀ। You've had 2 months to pay my money, but your time's up. Assalamu alaikum, mummy ji. Hello, beta. ਕਿੱਥੇ ਆ? ਮੈਂ ਬਸ ਕੋਲ ਹੀ ਆ। ਜਲਦੀ ਬੇਟਾ ਘਰ ਆ ਜਾ, ਮੈਂ ਤੇਰੇ ਨਾਲ ਜ਼ਰੂਰੀ ਗੱਲ ਕਰਨੀ। ਅੱਛਾ ਮੈਂ ਹੁਣੇ ਆ ਰਿਹਾ। ਹਾਂਜੀ, ਉਹ ਵੱਡਾ ਭਰਾ ਆ ਗਿਆ ਹੁਣ। ਬਾਈ ਇਹ ਮੁੰਡਾ ਕਹਿੰਦਾ ਮੇਰੇ ਨਾਲ ਵਿਆਹ ਕਰਨਾ। ਤੂੰ ਮੇਰੀ ਨਾਜ਼ੁਕ ਫੁੱਲਾਂ ਵਰਗੀ ਭੈਣ ਨਾਲ ਵਿਆਹ ਕਰਨਾ ਚਾਹੁੰਦਾ? ਹਾਂਜੀ ਹਾਂਜੀ। ਤੈਨੂੰ ਦਹੇਜ ਵਿੱਚ ਸਿਰਫ ਇੱਕ ਸਕੂਟਰ ਮਿਲਣਾ ਕਬੂਲ ਹੈ? ਆ ਜਾ ਕਲੇ ਮਿਲ। ਮੂੰਹ ਮਿੱਠਾ ਕਰ। ਨਹੀਂ ਭਾਈ ਜਾਨ ਮੈਂ ਠੀਕ ਹਾਂ। ਖਾ। ਜੋੜੀ ਤੇ ਫਸਟ ਕਲਾਸ ਆ ਵੈਸੇ। ਮਾਸ਼ਾਅੱਲਾ ਬਹੁਤ ਸੋਹਣੀ ਜੋੜੀ ਲੱਗਦੀ। Get subscribing.